ਦਿੱਤਾ ਹੈ, ਜੇਲ੍ਹ ਵਿੱਚ ਭੇਜ ਦਿੱਤਾ ਸੀ, ਜਿਸਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਅਸੀਂ ਜੇ ਉੱਥੇ ਪਤਾ ਕੀਤਾ ਜਾਂ ਉਹ ਕਰਾਈ ਬੇਲ ਕਰਾਈ, ਤੁਸੀਂ ਚਲਾ ਗਏ ਨੀ, ਕਿਹੜਾ ਝੂਠ ਕਿੱਥੇ ਦਾ, ਕਿਸ ਪਾਸੇ ਨਹੀਂ ਬੱਤੀ ਅੱਸੇ ਲਗਾਇਆ ਗਿਆ, ਜੇ ਇੱਥੇ ਧੁਕਾਉਣ ਕਿੱਥੇ ਨੇ। ਦੀਪਕ ਸ਼ਰਮਾ ਹੀ ਮਾਰਿਆ, ਉਹਦੇ ਬਾਅਦ ਇੱਕ ਵੀ ਕ੍ਰਿਮੀਨਲ ਨਹੀਂ ਪਕੜਿਆ। ਕੀ ਨਹੀਂ ਪਕੜਿਆ, ਜਿਹੜਾ ਬੰਦਾ ਇਹਨਾਂ ਕੋਲ ਜਾ ਰਹਾ ਕੋਆਪਰੇਟ ਕਰਾ ਸਰੈਂਡਰ ਕਰਾ, ਉਹਦੇ ਪਰ ਗਲਤ PSI ਲਗਾਈ ਉੜਿਆ। ਲੇਕਿਨ ਜਿਹੜੇ ਮੇਨ ਕ੍ਰਿਮੀਨਲ ਆ ਸਾਡੇ ਕੋਲ, ਇਹ ਸਾਡੇ ਕੋਲ ਗੈਂਗਸਟਰ ਨਹੀਂ, ਉਹ ਨੱਠੇ ਨੇ, ਉਹ ਟੱਬਰ ਵਾਲੇ ਬੰਦੇ ਨੇ ਨਾ, ਉਹ ਤਾਂ ਹੀ ਫਸੇ ਨੇ, ਕਿਉਂਕਿ ਉਹਨਾਂ ਆਪਣੇ ਪਰਿਵਾਰ ਦੀ ਵੀ ਟੈਨਸ਼ਨ ਨਹੀਂ, ਉਹ ਕੰਮ ਨਹੀਂ ਸਕਦੇ, ਉਹ ਨਹੀਂ ਤਾਂ ਹੀ ਉਹਨੇ ਫਸਾਈ ਉੜਿਆ। ਔਰ ਮੇਰੀ ਵੀ ਇਹ ਬਹੁਤ ਇੱਜ਼ਤ ਵਾਲਿਆ, ਮੇਰੇ ਬੇਟੇ ਜਿਹੜੇ ਨੇ ਉਹ ਵੀ ਦੁਕਾਨਾਂ ਦਿੱਤੇ ਨੇ, ਤੇ ਇਹਨੇ ਪੁਲਿਸ ਵਾਲੇ ਉਹਨੇ ਸੱਦਿਆ, ਅਸੀਂ 400 ਮੁਰਜ਼ਾ ਲੈ ਗਏ ਪੁਲਿਸ ਵਾਲੇ ਨਾਲ ਪੁੱਛ ਗਏ, ਲੇਕਿਨ ਨਹੀਂ ਅਸੀਂ ਅਸਪਾਸ਼ੀ ਨੇ ਦਿੱਤਾ ਕਿ ਅਸੀਂ ਨਹੀਂ ਕੁਛ ਨਹੀਂ ਕਰਗੇ, ਲੇਕਿਨ 10 ਦਿਨ ਤੱਕ ਅਸੀਂ ਕੋਈ ਕੁਛ ਕਾਰਵਾਈ ਨਹੀਂ ਕੀਤੀ। ਉਹਦੇ ਬਾਅਦ ਇਹਨੇ ਉੱਧਰ ਭੇਜ ਦਿੱਤਾ ਹੈ, ਜੇਲ੍ਹ ਵਿੱਚ ਭੇਜ ਦਿੱਤਾ ਸੀ, ਜਿਸਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਅਸੀਂ ਜੇ ਉੱਥੇ ਪਤਾ ਕੀਤਾ ਜਾਂ ਉਹ ਕਰਾਈ ਬੇਲ ਕਰਾਈ, ਨਹਾਉਣੇ ਬਾਅਦ ਉਸਨੇ ਅਸੀਂ ਪਤਾ ਕਿ PSA ਲਾਈ ਦਿੱਤਾ ਗਿਆ, ਅਸ ਮੀਡੀਆ ਦੇ ਦੁਆਰਾ ਵੱਡੇ ਅਫਸਰਾਂ ਕੀ ਇਹ ਆਖਣਾ ਚਾਹੁੰਦੇ ਹਾਂ ਕਿ ਅਸੀਂ ਕੰਮ ਕਰਨ ਨਾਲ ਪਤਾ ਤਾਂ ਚੱਲਾ ਗਿਆ ਨਹੀਂ, ਕਿਹੜਾ ਝੂਠ ਕਿੱਥੇ ਦਾ, ਕਿਸ ਪਾਸੇ ਨਹੀਂ ਬਸ PSA ਲਗਾਇਆ ਗਿਆ, ਜੇ ਇੱਥੇ ਧੁਕਾਉਣ ਕਿੱਥੇ ਨੇ। ਸਰ ਮੈਂ ਸੁਮਿਤ ਦਾ ਚਾਚਾ ਬੋਲਣਾ, ਮੇਰੇ ਭਰਾ ਥੋੜ੍ਹੇ ਇਮੋਸ਼ਨਲ ਹੀ ਹੋਈ ਹੈ ਨਾ, ਮੈਂ ਅੱਗੇ ਇਹਦਾ ਬਰੀਫ ਕਰਨਾ ਕਿ ਕੀ ਗੱਲ ਹੋਈ ਹੈ। ਸਾਡੇ ਦੋਨੇ ਮੁੰਡੇ ਸੀਗੇ, ਪੁਲਿਸ ਨੇ ਸੱਦਿਆ ਆ ਅਤੇ ਸੱਦੀ ਹੈ, ਅਤੇ ਉਹਦੇ ਬਾਅਦ ਅਸੀਂ ਜਾਣੇ ਕੋਲਾ ਸਮਝੋ ਥੋੜ੍ਹਾ ਡਰਾ ਦੇ ਕਿ ਪਤਾ ਨਹੀਂ ਕੀ ਸੱਦਾ ਦੇਣ। ਉਹਦੇ ਬਾਅਦ ਅਸੀਂ ਸਾਰੇ ਬਜ਼ਾਰ ਕਿੰਨੇ ਸਲਾਹ ਕੀਤੀ ਹੈ, ਉਹਨੇ ਆਖਿਆ ਜੇ ਬੁਲਾ ਦੇਣੇ ਤਾਂ ਜਾਓ ਇਹਦੇ ਕੋਲ ਜਾਓ, ਅਤੇ ਸਾਰਾ ਬਜ਼ਾਰ 200-250 ਬੰਦਾ ਸਾਡੇ ਪਿੱਛੇ ਉਹਦੇ ਕੰਨੇ ਛੱਡਣੇ ਗਿਆ ਉਹਨੇ ਦੋਨੇ ਕੀ, DSP ਨੇ SHO ਨੇ ਸਾਰੇ ਆਖਿਆ ਕਿ ਇਹਦੀ ਵੈਰੀਫਿਕੇਸ਼ਨ ਕਰਨੇ ਆ ਅਤੇ ਛੱਡੀ ਉੱਡ ਕੇ ਜੇ ਹੋਏ ਤੇ। ਉਹਦੇ ਬਾਅਦ ਇਹਨੇ ਕੀ ਕੀਤਾ ਕਿ ਛੋੜਨ ਦੇ ਬਜਾਏ 10 ਦਿਨ ਇਹਨੇ ਰੱਖਿਆ, ਅਸੀਂ ਤਾਂ ਵੀ ਬੇਲ ਨਹੀਂ ਕਰਾਈ ਕਿ ਚਲੋ ਇਨਵੈਸਟੀਗੇਸ਼ਨ ਕਰਾ ਦੇਣ ਕਰ ਲੈਣ ਦਿਓ। ਉਹਦੇ ਬਾਅਦ 10 ਦਿਨ ਦੇ ਬਾਅਦ ਇਹਨੇ ਕੀ ਕੀਤਾ ਕਿ ਜੇਲ੍ਹ ਭੇਜੀ ਉੜਿਆ, ਜੇਲ੍ਹ ਭੇਜੀ ਆਹ ਫਿਰ ਦੂਏ ਦਿਨ ਬੇਲ ਕਰਾਈ ਆ, 22 ਤਰੀਕ ਇਹਨੇ ਸਰੈਂਡਰ ਕੀਤਾ ਹਾ, 2 ਤਰੀਕ ਇਹਨੇ ਜੇਲ੍ਹ ਭੇਜੀ ਉੜਿਆ, 2 ਤਰੀਕ ਦੇ ਬਾਅਦ ਅਸੀਂ ਬੇਲ ਫਾਈਲ ਕੀਤੀ, 4-5 ਤਰੀਕ ਬੇਲ ਮਤਲਬ ਹੋਈ ਆ, ਅਤੇ ਅਸੀਂ ਨੇ ਕਿ ਲੈਣ ਗਿਆ ਜੇਲ੍ਹ 'ਚ, ਜੇਲ੍ਹ 'ਚ ਲੈਣ ਦੇ ਬਜਾ ਬੇਲ ਹੋਈ ਦੇ ਬਾਅਦ ਇਹਨੇ ਬਾਹਰ ਕੱਢਿਆ ਜੇਲ੍ਹ ਦਾ। ਉਹਦੇ ਬਾਅਦ ਸਾਨੂੰ ਪਤਾ ਲੱਗਿਆ ਕਿ ਇਹਦੇ 'ਤੇ PSA ਦੇ ਤਹਿਤ ਇਹਨੇ ਦੁਬਾਰਾ ਅੰਦਰ ਕਰੀ ਉੜਿਆ ਉਹਨੇ ਕਿ, ਸਾਨੂੰ ਕੋਈ ਪਤਾ ਨਹੀਂ ਕਿ ਕਹਿੰਦੇ ਪਰ PSA ਲਾਇਆ ਆ। ਉਹਦੇ ਬਾਅਦ ਸਾਨੂੰ ਪਤਾ ਲੱਗਿਆ ਕਿ ਇਹਨੇ ਪਰ ਜਿਹੜੀਆਂ ਧਾਰਾਂ ਲਾਏ ਦੀਆਂ ਨੇ 399 ਅਤੇ ਜਿਹੜੀ ਆਰਮਸ ਐਕਟ ਲਾਏ ਦੀਆਂ ਨੇ, ਸਾਨੂੰ ਪਤਾ ਹੀ ਨਹੀਂ ਹਾਂ ਵੀ 399 ਆ ਉਹਦੀ ਕੀ ਆ। ਉਹਦੇ ਬਾਅਦ ਇਹਨੇ ਮੀਡੀਆ ਕੋਲ ਪਤਾ ਲੱਗਿਆ ਕਿ ਇਹ ਚੋਰੀ ਡਕੈਤੀ ਲੁੱਟਪਾਟ ਹੱਤਿਆ ਦੇ ਮਾਮਲੇ ਇਹਦੇ ਪਰ ਦਰਜਨ, ਜਿਹਦੇ ਵਿੱਚ ਕੋਈ ਵੀ ਵਿਜੇਪੁਰ ਸ਼ਹਿਰ ਦਾ ਨਿਵਾਸੀ, ਜੰਮੂ ਡਿਸਟ੍ਰਿਕਟ ਦਾ ਜਾਂ ਸਾਂਬਾ ਡਿਸਟ੍ਰਿਕਟ ਦਾ
ਇੱਕ ਵੀ ਬੰਦਾ ਆਖੀ ਉੜਿਆ ਕਿ ਇਹਨੇ ਚੋਰੀ ਕੁਤਾ ਕੀਤੀ ਦੀ, ਡਕੈਤੀ ਕੀਤੀ ਦੀ, ਔਰ ਪੁਲਿਸ ਨੇ ਅਗਰੇ ਤਾਰਾਂ ਲਾਈਆਂ ਅਤੇ ਲਈਆਂ ਕੁੱਥੋਂ ਦਾ ਨਾ, ਉਹ ਸਾਨੂੰ ਦੱਸਣ ਕਿ ਕਿਹੜੀ ਜਗ੍ਹਾ ਡਕੈਤੀ ਕੀਤੀ ਹੈ, ਕਿਹੜੇ ਦਿਨ ਕੀਤੀ ਹੈ, ਔਰ ਕਿਹੜੇ ਵਾਰ ਕੀਤੀ ਹੈ, ਕੋਈ ਗ੍ਰਾਂ ਦੱਸੀ ਉੜਨ, ਕੋਈ ਬੰਦੇ ਦਾ ਨਾਂ ਦੱਸੀ ਉੜਨ, ਭਾਈ ਕਿੱਥੇ ਕੀਤੀ ਹੈ, ਕਿੱਥੇ ਹੱਤਿਆ ਕੀਤੀ ਹੈ, ਕਿੱਥੇ ਗੋਲੀ ਮਾਰੀ ਹੈ, ਕਿੱਥੇ ਕੁਦਾਈ ਫੱਟ ਵੀ ਮਾਰਿਆ ਆ, ਇਹ ਦੱਸਣੇ ਬਹੁਤ ਗਿਣੇ ਪੁਲਿਸ ਵਾਲੇ ਕਿ ਕਿੱਥੇ ਮਾਰਿਆ। ਉਹਦੇ ਬਾਅਦ ਅਸੀਂ ਐਸ ਐਸ ਪੀ ਸਾਂਬਾ ਕਿੰਨੇ ਵੀ ਤੱਕ ਵੀ ਮਿਲੇ ਹਾਂ, ਉਹਨੇ ਸਾਰਿਆਂ ਆਖਿਆ ਕਿ ਅਗਰੇ ਮਤਲਬ ਠੀਕ ਹੋਣ ਤਾਂ ਆਸ ਨੇ ਕਿ ਇੰਨਾ ਕੁ ਛੱਡੀ ਉੱਠ ਕੇ ਸਮੁੰਦੇ ਪਰ ਹਮਲਾ ਹੋਣੇ ਦਾ ਡਰ ਹੈ ਸਾਨੂੰ, ਹਮਲਾ ਹੋਣੇ ਦੇ ਡਰ ਦੇ ਬਜਾਏ ਇਹਨੇ ਕਿ ਪੀ ਐੱਸ ਓ ਦੇਣੇ ਦੇ ਬਜਾਏ, ਉਹਦੀ ਸਿਕਿਉਰਿਟੀ ਕਰਨ ਦੇ ਬਜਾਏ ਉਹਨੇ ਹੀ ਪੀ ਐੱਸ ਓ ਦੇ ਤਾਏ ਦੇ ਇਹਨੇ ਅੰਦਰ ਕਰ ਦਿੱਤਾ, ਅੰਦਰ ਕਰਨ ਦੇ ਬਜਾਏ ਇਹਨੇ ਕਿ ਪੀ ਐੱਸ ਓ ਦੇਣਾ ਚਾਹੀਦਾ, ਇਹਦੀ ਸਿਕਿਉਰਿਟੀ ਕਰਨੀ ਚਾਹੀਦੀ ਸੀ, ਮਗਰ ਉਲਟਾ ਇਹਨੇ ਹੀ ਅੰਦਰ ਕੀਤਾ। ਪਤਾ ਨਹੀਂ ਕਿਹੜਾ ਧਿਆਨ ਲੋਕਾਂ ਦਾ ਡਾਈਵਰਟ ਕਰਨ ਵਾਸਤੇ ਇਹਨੇ ਇਹਦੇ ਪਰ ਪੀ ਐੱਸ ਓ ਲਾਇਆ ਹੈ। ਉਹਦੇ ਬਾਅਦ ਹੁੰਦਾ ਕੀ ਹੈ ਕਿ ਜਿਹੜਾ ਇਹਦਾ ਸਬ ਇੰਸਪੈਕਟਰ ਦੀਪਕ ਸ਼ਰਮਾ ਔਰ ਸ਼ਹੀਦ ਹੋਏ, ਉਹਦਾ ਸਾਨੂੰ ਵੀ ਬੜਾ ਅਫਸੋਸ ਹੈ, ਅਸੀਂ ਵੀ ਬਾਲ ਬੱਚੇਦਾਰ ਹਾਂ, ਸਾਨੂੰ ਬੜਾ ਅਫਸੋਸ ਹੈ ਉਸ ਗੱਲ ਦਾ ਕਿ ਉਹ ਸ਼ਹੀਦ ਹੋਈ ਹੈ। ਮਗਰ ਐੱਸ ਐੱਸ ਪੀ ਸਾਹਿਬ ਵੀ ਅਸੀਂ ਪੁੱਛਣਾ ਚਾਹੁੰਦੇ ਹਾਂ, ਕਿ ਅਗਰ ਅੰਮ੍ਰਿਤਸਰ ਵਿੱਚ ਇਹਨੇ ਗਿਆ ਅਪਰਾਧੀ ਉੱਥੇ ਇਹਦੇ ਪਰ ਗੋਲੀ ਚਲਾਈ ਪੁਲਿਸ ਉੱਪਰ, ਔਰ ਉਹ ਅਪਰਾਧੀ ਕਠੂਆ ਆਏ ਦਿਨ ਇਹਨੇ ਪਤਾ ਲੱਗਿਆ, ਔਰ ਇੱਕ ਪੀ ਐੱਸ ਆਈ ਕੀ 2-4 ਅਫਸਰ ਲਈਏ ਭੇਜੀ ਉੜਿਆ ਕਿ ਜਾਓ ਜੀ ਉਸ ਪਗੜੀਆ ਲਿਆਓ, ਕਿਆ ਇਹਨੇ ਉਸ ਐੱਸ ਓ ਪੀ ਦਾ ਪਾਲਣ ਕੀਤਾ, ਉਹਦੀ ਪੂਰੀ ਮਤਲਬ ਉਹਦੀ ਪੂਰੀ ਸਿਕਿਉਰਿਟੀ ਰੱਖਣੀ ਚਾਹੀਦੀ ਸੀ, ਉਹਦਾ ਪੂਰਾ ਧਿਆਨ ਰੱਖਣਾ ਚਾਹੀਦਾ ਹਾ। ਅਸ ਉਹਦੇ ਦੀਪਕ ਸ਼ਰਮਾ ਉਹਦੀ ਫੈਮਲੀ ਵੀ ਆਖਗੇ ਕਿ ਇਹਦੇ ਉੱਪਰ ਡਿਪਾਰਟਮੈਂਟਲ ਇਨਕੁਆਇਰੀ ਹੋਣੀ ਚਾਹੀਦੀ, ਕਿਉਂਕਿ ਇਕੱਲੇ ਉਸੀ ਵਿਚਾਰੇ ਕੀ ਮਰਨੇ ਕੀ ਭੇਜੀ ਉੜਿਆ ਨੇ ਇਕੱਲੇ, ਔਰ ਉਹਨੇ ਹੀ ਪਤਾ ਹਾ ਕਿ ਉਹ ਜਿਹੜੇ ਬੰਦੇ ਨੇ ਹਥਿਆਰਮੰਦ ਨੇ, ਉਹਦੇ ਕੋਲ ਹਰ ਵੇਲਾ ਰਿਵਾਲਵਰ ਟੋਕੇ ਸਾਰਾ ਕੁਛ ਹੁੰਦਾ ਹਾ, ਫਿਰ ਵੀ ਉਹਨੇ ਉਸੀ ਇਕੱਲੇ ਹੀ ਭੇਜੀ ਉੜਿਆ ਵੀ ਜਾਓ ਜੀ ਤੁਸੀਂ ਪਗੜੀਆ ਲਿਆਓ। ਇਹ ਸਾਰੇ ਇਸ ਚੀਜ਼ ਕੀ ਆਪਣੀ ਨਾਕਾਮੀ ਕੀ ਛਪਾਲਣੇ ਵਾਸਤੇ ਪੁਲਿਸ ਨੇ ਨਜਾਇਜ਼ ਕਰਾ ਦੀ ਹੈ, ਪੁਲਿਸ ਨੇ ਸਾਡੇ ਮੁੰਡਿਆਂ ਪਰ ਪੀ ਐੱਸ ਏ ਜਿਹੜਾ ਲਾਇਆ ਉਹਦੇ ਤਹਿਤ ਇੱਕ ਵੀ ਬੰਦਾ ਦੱਸੀ ਉੜੋ, ਔਰ ਇਹਨਾਂ ਨੇ ਜਿਹੜਾ ਪਗੜਨਾ ਚਾਹੀਦਾ ਉਹ ਇਹਦੇ ਹੱਥ ਕੋਈ ਨਹੀਂ ਆਇਆ, ਉਹਦਾ ਉਹ ਆਪਣੀ ਨਾਕਾਮੀ ਛਪਾਉਣ ਵਾਸਤੇ ਵੱਡੇ ਅਫਸਰਾਂ ਕੀ DIG IG ਇਹਨੇ ਕੀ ਵੱਡੇ ਅਫਸਰਾਂ ਕੀ ਖੁਸ਼ ਕਰਨ ਵਾਸਤੇ ਇਹਨੇ ਆਪਣਾ ਦੱਸਾ ਦੇਣ ਕਿ ਅਸੀਂ ਬੜਾ ਕੰਮ ਕਰਾ ਰਹੇ ਹਾਂ, ਹਾਲਾਂਕਿ ਗਲਤ ਪੀ ਐੱਸ ਏ ਲਾਈ ਹੈ ਅਤੇ ਨਜਾਇਜ਼ ਸਮਝੋ ਇੱਕ ਦੁਕਾਨਦਾਰ ਬੰਦੇ ਕੀ ਤੰਗ ਕਰੀਏ, ਪਤਾ ਨਹੀਂ ਇਹ ਕਿ ਦੱਸਣਾ ਚਾਹੁੰਦੇ ਨੇ ਕਿ ਅਸੀਂ ਬੜਾ ਕੰਮ ਕਰਾਉਣੇ ਹਾਂ। ਚਾਹੁੰਦੇ ਹਾਂ ਇਨਸਾਫ਼, ਚਾਹੁੰਦੇ ਹਾਂ ਕਿ ਸਹੀ ਅਸ IGP DG LG ਸਾਹਿਬ ਕਰਨੇ ਅਪੀਲ ਕਰਨੇ ਹਾਂ ਕਿ ਇਹ ਜਿਹੜੇ ਤੁਹਾਡੇ ਥੱਲੇ ਅਫਸਰ ਨੇ SSP ਸਾਹਿਬ ਇਹ ਦੱਸੋ ਸਾਡੇ ਕੰਨੇ ਕਿਹੜੇ ਜੁਲਮ, ਇਹ ਕਿਉਂ ਸਾਡੀ ਫੈਮਿਲੀ ਕੰਨੇ ਬਦਲਾ ਲੈਣਾ ਚਾਹੁੰਦੇ ਨੇ, ਸਾਡੀ ਫੈਮਿਲੀ ਟੋਟਲ ਖਤਮ ਕਰ ਦਿੱਤੀ ਹੈ ਇਹਨੇ, ਸਾਡਾ ਬਿਜ਼ਨਸ ਹੋਈ ਆ, ਸਾਡਾ ਸੋਸ਼ਲ ਬਾਈਕਾਟ ਹੋਈ ਆ, ਮਤਲਬ ਸਾਡਾ ਅਸ ਕੁਸ ਅੱਗੇ ਕਿੰਨਾ ਫਰਿਆਦ ਕਰਕੇ ਭਾਈ ਸਾਡਾ ਇਹ 2 FIR ਜਿਹੜੀਆਂ ਲਾਈਆਂ ਨੇ ਇਹਨੇ ਇਹ ਕਿੱਥੋਂ ਲਈਆਂ ਨੇ, ਇਹਨੇ ਕੀ ਇਹ 2 FIR ਕਿਹੜੀ ਜਗ੍ਹਾ ਦਾ ਲਈਆਂ ਨੇ, ਕਿੱਥੋਂ ਲਈਆਂ ਨੇ,
ਔਰ ਇਹਨੇ ਆਖਿਆ ਕਿ ਉਹਨੇ ਅਸੀਂ ਅਰੈਸਟ ਕੀਤਾ ਹੈ। ਸਾਡੇ ਕੋਲ ਵੀਡੀਓ ਹੈ, ਬਾਜ਼ਾਰ ਦਾ 200-300 ਬੰਦਾ ਕੰਨੇ ਗਿਰਾ ਹਾ, ਇਹਨੇ ਸਰੈਂਡਰ ਕੀਤਾ ਹੈ। ਲੇਕਿਨ ਇਹਨੇ ਨਿਊਜ਼ ਵਿੱਚ ਦੱਸਿਆ ਕਿ ਉਹਨੇ ਅਰੈਸਟ ਕੀਤਾ ਹੈ। ਰੋਜ਼ ਬਾਜ਼ਾਰ ਆਪਣੇ ਕੰਮ ਕਰਾ ਰਿਹਾ, ਆਪਣੇ ਕੰਮ ਕਰਨੇ ਮਤਲਬ, ਲੇਕਿਨ ਇਹਨਾਂ ਝੂਠੇ ਕੇਸ ਪਾਈਏ, ਗਲਤ ਮਲਤ ਕੇਸ ਪਾਈ ਹੋਣੀ, ਅੰਦਰ ਫਸਾਈ ਉੜਿਆ, ਅੰਦਰ ਚ ਲੱਗਿਆ ਇਹਨੇ ਆਖਿਆ ਇਹਦੀ ਸਿਕਿਉਰਿਟੀ ਹੀ ਨਹੀਂ, ਸਿਕਿਉਰਿਟੀ ਹੈ ਤੇ ਇਹਨੇ ਇਹਨੂੰ ਉਸ ਜੇਲ੍ਹ ਚ ਭੇਜਿਆ ਜਿੱਦਾਂ ਅਪੋਜ਼ਿਟ ਗੈਂਗ ਦੇ ਸਾਰੇ ਬੰਦੇ ਹੈ। ਦੱਸੋ ਕੱਲ੍ਹ ਹੀ ਅਗਰ ਸਾਡੇ ਬੰਦੇ ਕੁਛ ਹੋਈ ਜਾਂਦਾ ਹੈ ਤਾਂ ਕੌਣ ਰਿਸਪੋਂਸੀਬਲ ਹੈ? ਥੱਲੇ ਕੋਲੋਂ ਲਈ ਉਹ ਪਰ ਸਾਰੇ ਅਫਸਰਾਂ ਤੱਕ ਜਵਾਬ ਦੇਣਾ ਪਾਉਣਾ, ਕਿਉਂਕਿ ਜਿੱਦਣ ਜੇਲ੍ਹ ਚ ਨਹੀਂ ਭੇਜਣਾ ਉਹ ਜਿਹੜੇ ਆਖਾਂ ਨੇ ਕਿ ਜਿੰਦੂ ਕੋਲੋਂ ਪਛਾਣੇ ਨਹੀਂ ਕਿ ਨਹੀਂ, ਮਤਲਬ ਸਾਰੇ ਸੇਫ ਕਰਨਾ, ਉੱਧਰ ਉਹਦੀ ਪੂਰੀ ਗੈਂਗ ਬੈਠੀ ਰਹੀ ਹੈ। ਅਸੀਂ ਪੂਰੀ ਦਿਨ ਰਾਤ ਸਾਨੂੰ ਨੀਂਦਰ ਨਹੀਂ ਆਉਂਦੀ, ਅਸੀਂ ਇਹ ਸੋਚਦੇ ਰਹੋਨੇ ਕਿ ਜੋ ਉੱਧਰ ਸੇਫ ਹੋਣੇ ਨਹੀਂ ਹੋਣੇ, ਕੱਲ੍ਹ ਕੀ ਹੁੰਦੇ ਕਹਿੰਦੇ ਕੋਈ ਚੰਗੀ ਮਾੜੀ ਨਹੀਂ ਹੋਈ ਹੈ। ਸਾਨੂੰ ਇਹ ਵੀ ਜਵਾਬ ਚਾਹੀਦਾ ਇਹਦੇ ਕੋਲੋਂ ਕਿ ਅਗਰ ਕੱਲ੍ਹ ਕੀ ਹੁੰਦੇ ਕਹਿੰਦੇ ਉੱਧਰ ਕੁਛ ਹੁੰਦਾ ਤੇ ਇਹ ਕੀ ਕਰਨਗੇ ਸਾਰੇ ਥੱਲੇ ਕੋਲ ਲਈ, ਉੱਪਰ ਤੱਕ ਜਿੰਨੇ ਵੀ ਆਫਿਸਰ ਹੈ ਸਾਰੇ ਇਸ ਚੀਜ਼ ਦੇ ਜ਼ਿੰਮੇਵਾਰ ਹੋਣੇ। ਔਰ ਪੁਲਿਸ ਵਾਲੀ ਆਪਣੀ ਪਰਤੀ ਦਾ ਮਿਸਯੂਜ਼ ਕਰੀ ਸਕਦੀ ਹੈ, ਇਹ ਗਲਤ ਐਲੀਗੇਸ਼ਨ ਲਗਾਏ ਗਿਆ, ਜੋ ਵੀ ਲਗਾਏ ਗਿਆ ਗਲਤ ਐਲੀਗੇਸ਼ਨ। ਉਸ ਬਾਜ਼ਾਰ ਚ ਹੀ ਕਿਸੇ ਨੇ ਪੁੱਛੀ ਲੱਗ ਕੇ ਕਿਨੇ ਕੁਤੇ ਡਕੈਤੀ ਕੀਤੀ ਹੋ, ਇਹਨੇ ਕਿਸੇ ਨੇ ਗਲਤ ਕੰਮ ਕੀਤਾ ਹੋ, ਜਾਂ ਜਿਹੜੇ ਨੇ ਅਟੈਂਪਟ ਟੂ ਮਰਡਰ ਜਾਂ ਨੇ ਕਿਤੇ ਕੁਝ ਕਿਸੇ ਨੇ ਕੀਤਾ ਹੋ, ਤੁਸੀਂ ਕਿਸੇ ਕੋਲੋਂ ਵੀ ਪੁੱਛੀ ਸਕਦੇ ਆ। ਨਹੀਂ ਅਰੈਸਟ ਕੀਤਾ ਗਿਆ ਕਿਉਂਕਿ ਆਪਣੇ ਰਿਕਾਰਡ ਬਣਾ ਸਰੈਂਡਰ ਕੀਤਾ ਹੈ। ਇਸ ਸਾਲੇ ਕਿਸੇ ਦੀ ਵੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਕਿ ਥੋੜੇ ਦਿਨ ਹੀ ਨਹੀਂ ਇੱਧਰ ਰੱਖਣਾ, ਫਿਰ ਅਸੀਂ ਬਸ ਜੇ ਥੋੜਾ ਹੋ ਤਾਂ ਫਿਰ ਉਹਨੇ ਕ੍ਰਿਮੀਨਲਸ ਕੀ ਪਕੜੇ ਲੈਣਾ, ਉਹਦੇ ਬਾਅਦ ਇੱਕ ਕ੍ਰਿਮੀਨਲ ਵੀ ਪਕੜੋਇਆ ਭੁੱਲੋ ਨਹੀਂ, ਜਿਹਨੂੰ ਦੀਪਕ PSI ਦੀਪਕ ਸ਼ਰਮਾ ਹੀ ਮਾਰਿਆ ਉਹਦੇ ਬਾਅਦ ਇੱਕ ਵੀ ਕ੍ਰਿਮੀਨਲ ਨਹੀਂ ਪਕੜਿਆ। ਕੀ ਨਹੀਂ ਪਕੜਿਆ? ਜਿਹੜਾ ਬੰਦਾ ਇਹਨਾਂ ਕੋਲ ਜਾ ਰਹਾ ਕੋਆਪਰੇਟ ਕਰਾ ਦਾ ਸਰੈਂਡਰ ਕਰਾ ਉਹਦੇ ਪਰ ਗਲਤ PSI ਲਗਾਈ ਉੜਿਆ, ਲੇਕਿਨ ਜਿਹੜੇ ਮੇਨ ਕ੍ਰਿਮੀਨਲ ਇਹ ਸਾਡੇ ਕੋਲ ਵੀਡੀਓ ਹੈ ਜਿਸ ਲਈ ਅਸੀਂ ਸਰੈਂਡਰ ਕਰਾਣੇ ਗਏ ਆ, ਇਹ ਸਰੈਂਡਰ ਦੀ ਵੀਡੀਓ ਹੈ। ਇਹ ਜਿਹੜੀ ਬੋਲਾ ਦੀ ਹੀ ਹੈ ਇਹਦੀ ਮਿਸਿਸ ਹੈ, ਇਹ MA BEd ਕਿਆ ਕ੍ਰਿਮੀਨਲ ਦੀ ਆਪਣਾ ਕੰਮ ਕਰਾ ਦਾ ਉਹ ਗੈਂਗ ਕਿੰਨਾ ਚਲਾਗ, ਇਹ ਆਖਦੇ ਗੈਂਗ ਕੰਨੇ ਇੰਨੇ ਬੰਦੇ ਨੇ, ਜਿਹੜਾ ਨੀ ਅੱਜ ਵੀ ਇੱਕ ਖਬਰ ਲਾਈ ਦੀ ਕਿ ਉਸ ਗੈਂਗ ਦਾ ਬੰਦਾ ਆ। ਅਗਰ ਗੈਂਗ ਹੁੰਦਾ ਹਾ ਤੇ ਉਹ ਸਰੈਂਡਰ ਨਹੀਂ ਹਾਂ ਕਰਦਾ, ਅਗਰ ਉਹਦੇ ਕੰਨੇ ਇੱਕ ਵੀ ਵੀਡੀਓ ਦੱਸੀ ਉੜਨਗੇ ਤਰ ਹੋਰ ਛੱਡੋ ਗੈਂਗ ਦੇ ਬਾਕੀ ਬੰਦੇ ਹੀ ਛੱਡੋ, ਇਹਦੇ ਤਿੰਨ ਭਰਾਏ ਦਾ ਵੀ ਇਕੱਠਾ ਇੱਕ ਫੋਟੋ ਦੱਸੀ ਉੜਨ 6 ਸਾਲ ਦਾ ਤੇ ਪੁਲਿਸ ਵਾਲੇ ਹੀ ਅਸ ਫਿਰ ਵੀ ਨਾਮ ਦੇ ਕੇ, ਇਹ ਤਰੇ ਭਰਾਏ ਦਾ ਇਕੱਠਾ ਫੋਟੋ ਨਹੀਂ 3-6 ਸਾਲ ਦਾ ਲੱਭੀ ਸਕਦਾ ਬਈ, ਤਿੰਨ ਭਰਾ ਕੇ ਕੁਤੇ ਇਕੱਠੇ ਬੈਠੀਏ ਜਾਂ ਕੁਤੇ ਖੜੋਤੇ ਦੇ ਲੱਭੀ ਦੇ ਹੋਣੇ ਨੇ। ਪਰ ਇਹਨੇ ਗੈਂਗ ਬਣਾਈ ਦਿੱਤਾ, ਗੈਂਗ ਦਾ ਪਤਾ ਨਹੀਂ ਮਤਲਬ ਕੀ ਹੁੰਦਾ, ਇਹਨੇ ਕਿਸ ਆਮ ਆਦਮੀ ਦੇ ਇਹਨੇ ਗੈਂਗਸਟਰ ਦਾ ਨਾਮ ਦੇ ਜੋੜਿਆ ਕ੍ਰਿਮੀਨਲ। ਹੁਣ ਮੈਂ LG ਕੰਨੇ ਜਾਂ DIG ਕੰਨੇ ਇਹ ਅਪੀਲ ਕਰਨਾ ਚਾਹੁੰਦਾ ਆ ਕਿ ਮਿਗੀ ਇਨਸਾਫ ਦਿੱਤਾ ਜਾ, ਮੇਰੀ ਫੈਮਿਲੀ ਕੀ ਜਾਂ ਮਿਗੀ ਇਨਸਾਫ ਮਿਲਿਆ,
ਅਸ ਘਰ ਵਿੱਚ ਆਰਾਮ ਕਰਨੇ ਰਹੇ ਸੱਚਾ ਮੇਰੇ ਬੱਚੇ ਜਿਹੜੀ ਜੇਲ ਜਿਹੜੀ ਹੈ ਉਸੀ ਦੀ ਸ਼ਿਫਟ ਕੀਤੀ ਆ ਉੱਥੇ ਦੂਏ ਗੈਂਗ ਵੀ ਦੂਏ ਮੁਲਜ਼ਮ ਜਿਹੜੇ ਨੇ ਜਿਹੜੇ ਕਾਤਲ ਉਹ ਵੀ ਉੱਥੇ ਰਹਿੰਦੇ ਨੇ ਉਹ ਵੀ ਉਹਨੇ ਉੱਥੇ ਉਹਨੇ ਹੀ ਰੱਖਿਆ ਹੈ ਉੱਥੋਂ ਦਾ ਉਹਨੇ ਹੀ ਕੱਢੇ ਦਿੱਤਾ ਜਾ ਇੱਕ ਪਾਸਾ ਪੁਲਿਸ ਆ ਗਈ ਕਿ ਉਹ ਅਮਲਾ ਕਰਨਾ ਚਾਹੁੰਦਾ ਦੂਆ ਉਸੇ ਜੇਲ੍ਹ 'ਚ ਨਹੀਂ ਸ਼ਿਫਟ ਕਰ ਦਿੱਤਾ ਗਿਆ ਹੈ।